ਸੰਸਾਰ ਵਿੱਚ ਵੱਖ-ਵੱਖ ਥਾਵਾਂ ਤੇ ਵਿਚਰਦੇ ਹੋਏ ਅਸੀਂ ਵੱਖੋ-ਵੱਖ ਗੱਲਾਂ ਤੇ ਹੱਸਦੇ ਹਾਂ। ਕਿਸੇ ਨੂੰ ਕਿਸੇ ਜੁਗਤ ਤੇ ਹਾਸਾ ਆਉਂਦਾ ਹੈ ਤੇ ਕਿਸੇ ਨੂੰ ਕਿਸੇ ਲਤੀਫੇ ਤੇ। ਇੰਡੀਆ ਪਾਕਿਸਤਾਨ ਵਾਲੇ ਇੱਕੋ ਜੈਸੀ ਜੁਗਤਾਂ ਤੇ ਹੱਸ ਸਕਦੇ ਨੇ, ਪਰ ਯੂਰਪ ਵਾਸੀਆਂ ਨੂੰ ਹਸਾਉਣ ਲਈ ਕੁਝ ਹੋਰ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਪੈਂਦੀਆਂ ਨੇ। ਇਸ ਗੱਲ ਨੂੰ ਸਮਝਦੇ ਹੋਏ ਫਿਲਮ ਟਾਈਟੈਨਿਕ ਬਣਾਉਣ ਵਾਲੇ ਨੇ ਰੋਣ ਵਾਲਾ ਥੀਮ ਚੁਣਿਆ। ਹੋਇਆ ਕੀ, ਜਿਸ ਜਿਸ ਨੇ ਵੀ ਟਾਈਟੈਨਿਕ ਦੇਖੀ ਉਹ ਰੋ ਪਿਆ। ਭਾਵ ਦੁੱਖ ਸਾਂਝੇ ਹੁੰਦੇ ਨੇ। ਅਸੀਂ ਭਾਵੇਂ ਸਾਰੇ ਇੱਕ ਗੱਲ 'ਤੇ ਹੱਸ ਨਾ ਸਕੀਏ, ਪਰ ਰੋ ਸਾਰੇ ਇੱਕੋ ਗੱਲ 'ਤੇ ਸਕਦੇ ਹਾਂ। ਮੇਰਾ ਭਾਟੀਆ ਹਸਪਤਾਲ ਨਾਲ ਰਿਸ਼ਤਾ ਬੜਾ ਪੁਰਾਣਾ ਹੈ, ਤਕਰੀਬਨ 20-21 ਸਾਲਾਂ ਤੋਂ ਵੀ ਜ਼ਿਆਦਾ ਮੇਰਾ ਇਸ ਨਾਲ ਸੰਬੰਧ ਬਣਿਆ। ਵਿੱਚ ਦੂਰੀ ਜ਼ਰੂਰ ਆ ਗਈ ਸੀ, ਪਰ ਮਨ ਦਾ ਸੰਬੰਧ ਤਾਲੁਕ ਤੇ ਬਣਿਆ ਹੀ ਰਿਹਾ। ਮੈਂ ਇੱਥੇ ਸਾਰਿਆਂ ਦੀਆਂ ਅੱਖਾਂ ਵਿੱਚ ਇੱਕ ਸਾਂਝਾ ਦੁੱਖ ਹਲਕੋਰੇ ਲੈਂਦੇ ਵੇਖਿਆ ਹੈ। ਆਸ ਟੁੱਟਣ ਦਾ ਦੁੱਖ, ਟੁੱਟੀ ਆਸ ਨੂੰ ਫਿਰ ਜੋੜਨ ਦੀ ਤਾਂਘ, ਪਰ ਨਾ ਜੋੜ ਸਕਣ ਦੀ ਬੇਵਸੀ। ਮੈਂ ਕਿਸੇ ਦਾ ਨਾਂ ਵੱਖਰਾ ਨਹੀਂ ਲੈਣਾ ਚਾਹੁੰਦੀ, ਕਿਉਂਕਿ ਮੇਰੇ ਲਈ ਮੇਰੇ ਸਾਹਮਣੇ ਸਾਰੇ ਇੱਕੋ ਵਰਗੇ ਨੇ। ਮਾਵਾਂ ਦੇ ਲਾਲ, ਭੈਣਾਂ ਦੇ ਗੱਭਰੂ ਜਵਾਨ ਭਰਾ, ਤੀਵੀਆਂ ਦੇ ਸਿਰਾਂ ਦੇ ਤਾਜ, ਬੱਚਿਆਂ ਦੇ ਪਾਪਾ ਜੀ, ਬੁੱਢੇ ਹੁੰਦੇ ਬਾਪੂਆਂ ਦੇ ਸਹਾਰੇ, ਸਾਰਿਆਂ ਦਾ ਇੱਕੋ ਦੁੱਖ, ਸਾਰਿਆਂ ਦਾ ਇੱਕੋ ਡਰ। ਇਹ ਕੀ ਹੋ ਗਿਆ, ਇਹ ਕੀ ਹੋ ਰਿਹਾ ਹੈ? ਮਾਵਾਂ ਦੇ ਦਿੱਤੇ ਲਾਲ ਸੂਹੇ ਗਰਮ ਲਹੂ ਨੂੰ ਸਾੜਨ ਦੇ ਸਮਾਨ ਕਿੱਥੋਂ ਆ ਗਏ? ਅਸੀਂ ਇਹ ਸਬਕ ਕਿੱਥੋਂ ਸਿੱਖ ਲਿਆ? ਵਾਹੀ ਬੀਜੀ ਕਰਨ ਵਾਲਿਆਂ ਦੇ ਸੂਝਵਾਨ ਹੱਥਾਂ ਦੇ ਵਿੱਚੋਂ ਨਸ਼ੇ ਕਿਵੇਂ ਆ ਗਏ? ਫਿਰ ਵੀ ਸਾਡੇ ਪਿਆਰੇ ਪਰਿਵਾਰਾਂ ਨੇ ਆਸ ਨਹੀਂ ਛੱਡੀ, ਸਾਨੂੰ ਇਕੱਲਾ ਨਹੀਂ ਛੱਡਿਆ। ਡਾਕਟਰ ਜਗਦੀਪ ਪਾਲ ਭਾਟੀਆ ਦੀ ਸ਼ਰਨ ਛਾਇਆ ਵਿੱਚ ਲਿਆ ਕੇ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਡਾ ਹਾਲ ਇਹੋ ਹੈ। ਮਸਜਿਦ ਤੋਂ ਬਣਾ ਦੀ ਪਲ ਭਰ ਮੇਂ ਇਮਾਂ ਕੀ ਹਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਥਾ ਜੋ ਫਿਰ ਵੀ ਨਮਾਜ਼ੀ ਬਣ ਨਾ ਸਕਾ। ਪਰ ਮੇਰੇ ਭਰਾਵੋ, ਮੇਰੀ ਤੁਹਾਡੇ ਸਾਰਿਆਂ ਅੱਗੇ ਵਿਨਮਰ ਬੇਨਤੀ ਹੈ, ਆਪਣੇ ਆਪਣੇ ਜੀਵਨ ਦੀ, ਆਪਣੇ ਆਪਣੇ ਰਿਸ਼ਤਿਆਂ ਦੀ ਕਦਰ ਪਾਓ। ਹਰਮੀਟੇਜ ਵਿੱਚ ਆ ਗਏ ਹੋ ਤਾਂ ਹਰਮਿਟ ਹੀ ਬਣ ਜਾਓ। ਮੌਕਾ ਖੁੰਝਿਆ ਜਾਣਾ, ਝੱਟ ਸਮਾਂ ਲੰਘ ਜਾਣਾ, ਇਸ ਨੂੰ ਸਾਂਭ ਲਵੋ। ਇੱਕ ਦੂਜੇ ਦਾ ਹੱਥ ਫੜ ਕੇ, ਰੱਬ ਦਾ ਲੜ ਫੜ ਕੇ ਆਪਣੇ ਆਪ ਨੂੰ ਸੰਭਾਲ ਲਓ। ਆਪਣੇ ਬੱਚਿਆਂ ਦੀ ਅੱਖਾਂ ਦੀ ਆਸ ਦੇ ਤਾਰਿਆਂ ਵੱਲ ਤੱਕੋ ਅਤੇ ਇਸ ਦੁੱਖ ਦੇ ਨਸ਼ੇ ਦੇ ਗੰਦੇ ਸਾਗਰ ਤੋਂ ਨਿਕਲ ਆਓ। ਰੱਬ ਤੁਹਾਨੂੰ ਸਾਰਿਆਂ ਨੂੰ ਹਿੰਮਤ ਦੇਵੇ, ਤੌਫੀਕ ਦੇਵੇ। ਤੁਹਾਡਾ ਰੱਬ ਹੀ ਰਾਖਾ, ਰੱਬ।